ਸਤਿਕਾਰ ਆਦਾਬ ਪਿਆਰ ਸਤਕਾਰ ਤੇ ਸਤ ਸ੍ਰੀ ਅਕਾਲ ਗੁਰਜੀਤ ਸਿੰਘ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਖੂਬਸੂਰਤ ਸ਼ੋਅ ਦੇ ਵਿੱਚ ਦੋਸਤੋ ਇਸ ਸ਼ੋਅ ਦੇ ذریعے ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਹਾਂ ਗਲੈਮਰ ਤੇ ਪੰਜਾਬੀ 뮤직 ਇੰਡਸਟਰੀ ਦੇ ਚਮਕਦੇ ਸਿਤਾਰਿਆਂ ਦੇ ਨਾਲ ਤੇ ਸ਼ੋਅ ਦਾ ਨਾਮ ਹੈ ਜੀ ਪੀਟੀਸੀ ਸਪੌਟਲਾਈਟ ਤੇ ਮਿੱਤਰੋ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ ਯੰਗ ਤੇ ਟੈਲੈਂਟਿਡ ਸਿੰਗਰ ਪੀਜੀ ਸ਼ਾ ਕੋਟੀ ਤੇ ਬਾਲੀਵੁੱਡ ਦੀ ਹੌਟ ਐਂਡ ਸਿਜ਼ਲਿੰਗ ਆਈਟਮ ਗਰਲ ਰਾਖੀ ਸਾਵਨ ਦੇ ਨਾਲ ਜੋ ਕਿ ਦੋਨੋਂ ਆਪਣੇ ਗੀਤ ਉਡੀਕਾ ਨੂੰ ਲੈ ਕੇ ਪੰਜਾਬੀ 뮤직 ਇੰਡਸਟਰੀ ਵਿੱਚ ਖੂਬ ਚਰਚਾ ਵਿੱਚ ਨੇ ਅੱਜ ਫਿਰ ਕਰਦੇ ਹਾਂ ਉਹਨਾਂ ਨਾਲ ਇੱਕ ਸਪੌਟਲਾਈਟ ਮੁਲਾਕਾਤ ਸਤਿ ਸ਼੍ਰੀ ਅਕਾਲ ਰੱਖੇ ਜੀ ਤੇ ਸਤਿ ਸ਼੍ਰੀ ਅਕਾਲ ਪੇਜੀ ਪਾਜੀ ਬਹੁਤ ਬਹੁਤ ਸਵਾਗਤ ਹੈ ਸਪੌਟਲਾਈਟ ਸਤਿ ਸ਼੍ਰੀ ਅਕਾਲ ਕੀ ਬਤਾਈ ਅੱਜ ਨਵੇਂ ਚਿਹਰੇ ਤਾਂ ਦੋਨੋਂ ਹੀ ਹੈਗੇ ਮੇਰੇ ਲਈ ਤਾਂ ਤੇ ਪੰਜਾਬੀ ਇੰਡਸਟਰੀ ਲਈ ਅੱਜ ਜਿਹੜੀ ਪਹਿਲੀ ਦਫ਼ਾ ਮੇਰੇ ਖਿਆਲ ਤੁਸੀਂ ਰੂਪ ਰੂਹ ਹੋਣ ਜਾ ਰਹੇ ਹੋ ਪੀਟੀਸੀ ਦੇ ਜ਼ਰੀਏ ਪੰਜਾਬੀ ਜਿਹੜੇ ਤੁਹਾਡੇ ਫੈਨਸ ਹੈਗੇ ਉਹਨਾਂ ਦੇ ਨਾਲ ਸੋ ਬਹੁਤ-ਬਹੁਤ ਸਵਾਗਤ ਹੈ ਰੱਖੀ ਤੁਹਾਡਾ। ਥੈਂਕ ਯੂ ਸੋ ਮਾਚ। ਤੇ ਸਵਾਲ ਤੁਹਾਡੇ ਲਈ ਵੀ ਬਹੁਤ ਜ਼ਿਆਦਾ ਹੈਗੇ ਨੇ ਮਨ ਵਿੱਚ ਵੀ ਆ ਸਾਰੀ ਪੰਜਾਬੀ ਇੰਡਸਟਰੀ ਵਿੱਚ ਵੀ ਉਹਨਾਂ ਦੇ ਜਿਹੜੇ ਹੈਗੇ ਪਿਆਰ ਕਰਦੇ ਨੇ ਪੰਜਾਬੀ ਇੰਡਸਟਰੀ ਜੁੜੇ ਹੋਏ ਨੇ ਉਹਨਾਂ ਮਨ ਵਿੱਚ ਵੀ ਹੋਣੇ। ਪੁੱਛਾਂਗੇ ਪਹਿਲਾਂ ਆਪਾਂ ਪੇਜੀ ਸ਼ਾਖੋਟੀ ਜੀ ਨੂੰ ਪੁੱਛਦੇ ਆ ਜੀ ਤੇ ਮੁਬਾਰਕਾਂ ਵੀ ਨੇ ਕਿ ਤੁਹਾਡਾ ਤੁਹਾਨੂੰ ਵੀ ਬਹੁਤ-ਬਹੁਤ ਬਿਲਕੁਲ ਜੀ ਉਡੀਕਾ ਐਨੇ ਖੂਬਸੂਰਤ ਅੰਦਾਜ਼ ਨਾਲ ਖੂਬਸੂਰਤ ਢੰਗ ਨਾਲ ਸਾਰੀ ਜਨਤਾ ਸਾਹਮਣੇ ਆ ਸਾਰੇ ਲੋਕਾਂ ਸਾਹਮਣੇ ਆ ਹੈਗਾ ਕਿ ਤੁਹਾਡਾ ਪਹਿਲੀ ਗੱਲ ਤਾਂ ਇੰਨੀ ਵੇਟ ਕਾ ਤੋਂ ਕਰਾਈ ਮਤਲਬ ਵੇਟ ਬਸ ਇਹ ਗੱਲੋ ਕਿ ਮੇਰੇ ਡੈਡੀ ਜੀ ਜਨਾਬ 우ਸਤਾਦ ਪੂਰਨ ਸ਼ਾ ਗੋਟੀ ਸਾਹਿਬ ਬਿਲਕੁਲ ਔਰ ਵੱਡੀ ਬਾਜੀ ਸਲੀਮ ਭਾਜੀ ਹਾਂਜੀ ਡੈਡੀ ਜੀ ਦਾ ਡੈਡੀ ਜੀ ਮੇਰੇ ਬੜੇ ਇਨਸਾਫ ਪ੍ਰਸਤ ਨੇ ਹਾਂ ਹਾਂ ਤੁਹਾਨੂੰ ਸ਼ਾਇਦ ਪਤਾ ਹੀ ਹੋਏਗਾ ਬਿਲਕੁਲ ਜੀ ਬਿਲਕੁਲ ਸਾਰੇ ਸਾਰਾ ਜਗ ਜਾਣਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਉਹਨਾਂ ਨੂੰ ਸ਼ਾਇਦ ਲੱਗਾ ਹੀ ਹੁਣ ਵੀ ਬੇਟਾ ਤੂੰ ਡਿਜ਼ਰਵ ਕਰਦਾ ਤੂੰ ਹੁਣ ਗਾ ਸਕਦਾ ਹਾਂਜੀ ਤੇ ਸੋ ਇਹ ਗਾਣਾ ਉਡੀਕਾ ਮੈਨੂੰ ਵੀ ਬੜੀਆਂ ਉਡੀਕਾਂ ਸੀ ਸੋ ਉਡੀਕਾਂ ਖਤਮ ਹੋਈਆਂ ਵਾਹ ਜੀ ਵਾਹ ਅੱਛਾ ਇਹ ਤਾਂ ਹੈਗੇ ਸਾਰੇ ਜਾਣਦੇ ਹੈਗੇ ਨੇ ਕਿ ਸੰਗੀਤਕ ਸਕੂਲ ਆਪਣੇਆ ਵਿੱਚ ਕਿਹੇ ਜਾਂਦੇ ਨੇ ਪੂਰਨ ਸ਼ਾਹ ਕੋਟੀ ਜੀ ਤੇ ਤੁਹਾਡੇ ਪ੍ਰਾਜ ਸ਼ਹਿਜ਼ਾਦਾ ਸਲੀਮ ਹਾਂਜੀ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੋਨਾਂ ਦੇ ਸ਼ਹਿਜ਼ਾਦੇ ਨੇ ਹਾਂਜੀ ਤੇ ਪਰ ਜਿਹੜਾ ਤੁਹਾਨੂੰ ਇਨਸਪੀਰੇਸ਼ਨ ਇਨਸਪੀਰੇਸ਼ਨ ਤਾਂ ਚਲੋ ਮਾਹੌਲ ਤੋਂ ਮਿਲਦੀ ਹੈ ਪਰ ਸਿੱਖਣ ਦਾ ਮੌਕਾ ਸਭ ਤੋਂ ਜ਼ਿਆਦਾ ਕਿਨਾਂ ਤੋਂ ਮਿਲਿਆ ਮੇਰੇ ਡੈਡੀ ਜੀ ਅੱਛਾ ਉਸਤਾਦ ਪੁਰਨਿਸ਼ਾ ਗੋਟੀ ਸਾਹਿਬ ਸਲੀਮ ਭਾਈ ਤੋਂ ਹੋਰ ਵੀ ਜਿਹੜਾ ਵੀ ਗਾਉਂਦਾ ਜਿਹੜਾ ਜਿਹੜਾ ਅੱਛਾ ਗਾਉਂਦਾ ਮੈਂ ਉਹ ਤੋਂ ਸਿੱਖਦਾ ਹੀ ਆ ਜੀ ਚਾਹੇ ਉਹ 5 ਸਾਲ ਦਾ ਬੱਚਾ ਹੈ ਉਹਦੇ ਤੋਂ ਵੀ ਮੈਂ ਸਿੱਖ ਲੈਂਦਾ ਸਿੱਖਦਾ ਔਰ ਸਿੱਖਦਾ ਰਹੂੰਗਾ ਬਿਲਕੁਲ ਜੀ ਬਿਲਕੁਲ ਤੇ ਰਾਕੇ ਜੀ ਤੁਸੀਂ ਆਗਾਜ਼ ਕੀਤਾ ਸ਼ੁਰੂਆਤ ਕੀਤੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਗੀਤ ਦੇ ਜ਼ਰੀਏ ਮਤਲਬ ਪੇਜੀ ਭਾਈ ਦੇ ਇਸ ਗੀਤ ਦੇ ਜ਼ਰੀਏ ਇਹਦਾ ਕੀ ਕਾਰਨ ਸੀ ਆਪਾਂ ਇਸ ਗੀਤ ਦੇ ਜ਼ਰੀਏ ਆਣਾ ਹੈਗਾ ਆ ਐਕਚੁਅਲੀ पेजू जी एंड अंगद जी जो प्रोड्यूसर हैं हाँ जी तो वो बिल्कुल मुंबई आए और वो मेरे बहुत अच्छे फ्रेंड हैं अंगद okay. जी तो मैं उनके साथ फिल्म भी कर रही हूँ पंजाबी फिल्म अरे वाह क्या <laughs> बात है पहले शॉप दूंगी मैं आपको <laughs> <नहीं दो। laughs> के वाले एक शॉप दूंगी दो और पंजाबी वीडियो कर रही हूँ तो उन्होंने मुझे एक सॉन्ग सुनाया कि राखी जी एक बढ़िया वीडियो आपको करना है ਮਨੇ ਕਹਾਂਾ ਹਾਂ ਕੌਨਸਾ ਪੰਜਾਬੀ ਹੈ ਮਨੇ ਕਹਾਂਾ ਮਨੇ ਉਹ ਪੰਜਾਬੀ ਹੈ ਪੰਜਾਬ ਮੇ ਤੋ ਮੈਂ ਪਹੁੰਚ ਜਾਊਂਗੀ ਔਰ ਧਮਾਕਾ ਮਚਾ ਦੂੰਗੀ ਪੰਜਾਬ ਮੇ ਬੜਿਆ ਡਾਂਸ ਵਾਂਸ ਕਰਕੇ ਤੋ ਉਹਨੋ ਨੇ ਔਰ ਪੇਜੀ ਜੀ ਨੇ ਇੱਕ ਦੂਸਰੇ ਨੇ ਕਹਾਂਾ ਪੰਜਾਬੀ ਗਾਣਾ ਸਾਡਾ ਮਤਲਬ ਕਮਾਲ ਹੀ ਗਾਣਾ ਹੈਗਾ ਤੇ ਜਦੋਂ ਇਹਨਾਂ ਨੇ ਗਾਣਾ ਸੁਣਿਆ ਦੱਸੋ ਜੀ ਹਾਂਜੀ ਤੋ ਇਹਨੋ ਨੇ ਮੂਝੇ ਮਨੇ ਕਹਾ ਬਹੁਤ ਡਾਂਸ ਕਰੂੰਗੀ ਤੋ ਪਹਿਲੇ ਇੱਕ ਦੂਸਰੇ ਕੀ ਤਰਫ ਇਹਨੋ ਨੇ ਦੇਖਾ ਐਸੇ ਆਹਾਂ <laughs> तो और फिर मुझे अंगद जी ने कहा okay. तो अच्छा पूरे गाने में रोना है मैंने कहा मैंने कहा माय गॉड मैंने कहा आप मुझे रुलाने आए हो हाँ। तो कहने nee -ne, आपने अब तक जो किया है इससे बिल्कुल आपको अलग करना है exactly. आपको थोड़ा सा मतलब एक्टिंग करनी है मैंने कहा एक्टिंग तो डांस में भी होती है नहीं ये आपको बिल्कुल रोना है इमोशनल सॉन्ग 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 है है okay. है exactly. है रोमांटिक सैड सैड मतलब आहा. एक लड़का लड़की प्यार करते हैं दोनों बिछड़ जाते हैं hmm. तो एक लड़की को उसे, मतलब अपने बॉयफ्रेंड की बिल्कुल. पार्टनर की याद आती है exactly. तो ये उस पर सॉन्ग इज फॉर मी मैंने दो चार बार पूछा कुछ शौक है राखी जी होना शौकते <laughs> मैंने आज तक तो किया नहीं हाँ। हमेशा डांस नंबर और ऐसे exactly. सारे नंबर मतलब मैंने किए तो सब हिट रहे हैं मेरे आज तक टचवुड तो मैं मैं खुद डर रही थी क्या लोग मुझे पसंद करेंगे रोमांस करते हुए या आ, रोते हुए ਤੋ ਬਸ ਇਹ ਇੱਕ ਚੈਲੰਜ ਲਿਆ ਥਾ ਮੈਨੇ ਵੀ ਲਿਆ ਅੰਗਰ ਜੀ ਨੇ ਵੀ ਲਿਆ ਪੇਜੀ ਜੀ ਨੇ ਵੀ ਲਿਆ ਤੋ ਇਨੋ ਨੇ ਕਹਾ ਕਿ ਆਪ ਪੈਨਸ਼ਨ ਨਾ ਲੋ ਹਮ ਆਪਸੇ ਕਰਵਾਏਗੇ ਮੈਨੇ ਕਹਾ ਠੀਕ ਹੈ ਮੈਨੇ ਕਹਾ ਕਿ ਮੈਨੇ ਨੂੰ ਕਿਹਾ ਮੈਨੇ ਕਹਾ ਤੁਸੀਂ ਡਾਂਸ Song ਜਿਹੜੇ ਹੈਗੇ ਨੇ ਬੀਟ Song ਹੈਗੇ ਨੇ ਹਨਾ ਡਾਂਸਿੰਗ Song ਬਹੁਤ ਕੀਤੇ ਨੇ ਪਰ ਹੁਣ ਅਸੀਂ ਥੋੜਾ ਜਿਹਾ ਤੁਹਾਨੂੰ ਸਕੂਨ ਦੇਣਾ ਚਾਹੁੰਦੇ ਆ ਪਰ ਤੁਹਾਨੂੰ ਰਿਸਕ ਫੀਲ ਨਹੀਂ ਆ ਰਿਹਾ ਕਿ ਸ਼ੀ ਇਜ਼ ਲਾਈਕ ਅ ਡਾਂਸ ਕੁਈਨ ਵਰਲਡ ਇਹਨਾਂ ਦੇ ਡਾਂਸ ਦੀ ਚਰਚਾ ਹੁੰਦੀ ਹੈਗੀ ਅਤੇ ਇਹਨਾਂ ਦੀ ਅਦਾਇਗੀ ਜਿਹੜੀ ਡਾਂਸ ਵਿੱਚ ਨਜ਼ਰ ਆਉਂਦੀ ਉਹ ਬਿਲਕੁਲ ਵੱਖਰੀ ਹੈ ਤੇ ਮੇਰੇ ਖਿਆਲ ਬਾਲੀਵੁੱਡ ਵਿੱਚ ਵੀ ਕਦੇ ਇਦਾਂ ਦਾ ਐਕਸਪੈਰੀਮੈਂਟ ਇਹਨਾਂ ਦਾ ਦੇਖਣ ਨੂੰ ਨਹੀਂ ਮਿਲਿਆ ਤੇ ਤੁਹਾਨੂੰ ਜਦੋਂ ਡਿਸਕਸ਼ਨ ਹੋਈ ਹੈ ਅੰਗਦ ਭਾਈ ਨਾਲ ਜਾਂ ਤੁਹਾਡੀ ਆਪਸ ਵਿੱਚ ਡਾਇਰੈਕਟਰਜ਼ ਨਾਲ ਮਤਲਬ ਰਿਸਕ ਫੀਲ ਇਹਦੇ ਵਿੱਚ ਨਹੀਂ ਹੈ ਕਿ ਮਤਲਬ ਕੀ ਕੀ ਹੋਏਗਾ ਲੋਕ ਕੀ ਕਹਿਣਗੇ ਇਹਦੇ ਇਹਦੇ ਲਈ ਨਹੀਂ ਬਸ ਇਹ ਰਿਸਕ ਸੀ ਕਿ

शायद बाद में हंसू यू नो तो हमेशा बॉल मैंने बॉलीवुड में मतलब डांस करते करते हुए एंट्री करी है, okay. पंजाब में रोते में, तो ये जो मेरा वीडियो है, जी. It's very nice. I liked it. Actually, मैंने वो गाना सुना खड़े हो गए बड़ा अच्छा लगा मुझे रोमांटिक सॉन्ग एंड ऊपर से sad song. Exactly. Uh, it's amazing song. तो so hmm. मैंने कहा Angad जी, Peji uh, जी, I hmm. will do this song. क्या बात है? जो होगा देखा जाएगा. Okay. मुझे इतना पत, पता है कि मेरी जो जनता है, चाहे आहा. पंजाब से हो, चाहे बंगाल से हो, चाहे हिंदुस्तान से कहीं से भी हो. जी. वो राखी सावंत को देखना चाहते हैं. किसी exactly. भी रूप में. No, चाहे मैं डांस करूँ, चाहे मैं रो, चाहे हंसूँ, चाहे मैं रोमांस करूँ. क्या बात है? तो so they love me and I am sure के ਉਨਕੋ ਇਹ ਵੀਡੀਓ ਵੀ ਬਹੁਤ ਪਸੰਦ ਆਇਆ ਬਿਲਕੁਲ ਜੀ ਤੇ ਸਾਰੇ ਫੈਨਸ ਦਾ ਤੁਹਾਨੂੰ ਧੰਨਵਾਦ ਕਰ ਰਹੇ ਆ ਤੁਹਾਡੇ ਪ੍ਰੋਡਿਊਸਰ ਨੂੰ ਧੰਨਵਾਦ ਕਰ ਰਹੇ ਆ ਕਿ ਤੁਸੀਂ ਰਾਖੀ ਸਾਹਿਬ ਨੂੰ ਆਪਣੇ ਗੀਤ ਰਾਹੀਂ ਲੈ ਕੇ ਆਏ ਹੋ ਸਾਰੇ ਸਾਹਮਣੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇਸ ਗਾਣੇ ਨੂੰ ਪਿਆਰ ਕਰ ਰਹੇ ਨੇ ਹਮਮ ਔਰ ਰਾਖੀ ਜੀ ਨੂੰ ਪਿਆਰ ਕਰ ਰਹੇ ਨੇ ਜੀ ਬਿਲਕੁਲ ਮੈਨੂੰ ਪਿਆਰ ਕਰ ਰਹੇ ਨੇ ਔਰ ਇਸ ਗਾਣੇ ਨੂੰ ਕਬੂਲਿਆ ਸਾਰਿਆਂ ਨੇ ਬਿਲਕੁਲ ਜੀ ਬਿਲਕੁਲ ਅੱਛਾ ਇਹ ਤਾਂ ਹਲੇ ਗੱਲਾਂ ਹੋਰ ਚੱਲਣੀਆਂ ਆਪਾਂ ਰਾਖੀ ਜੀ ਨਾਲ ਗੀਤ ਬਾਰੇ ਕੀ ਮਾਹੌਲ ਸੀਗਾ ਕੀ ਸਭ ਗੱਲਾਂ ਕਰਾਂਗੇ ਪਰ ਜਿਹੜਾ ਤੁਹਾਡੇ ਸਫਰ ਦੀ ਗੱਲ ਕਰ ਅੱਜ 뮤ਜ਼ਿਕ ਦੇ ਵਿੱਚ ਆਪਣਾ ਨਾਮ ਬਣਾਉਣਾ ਬੇਸ਼ੱਕ ਆਪਣਾ ਬੈਕਗ੍ਰਾਉਂਡ ਹੋਵੇ ਫੈਮਿਲੀ ਵੀ ਹੋਵੇ ਇਨਵੋਲ ਪਰ ਨਾਮ ਬਣਾਉਣਾ ਬਹੁਤ ਵੱਡੀ ਗੱਲ ਹੈ ਕਿ ਮੁਸ਼ਕਲਾਂ ਵੀ ਆਈਆਂ ਕਦੇ ਇਸ ਸਫ਼ਰ ਦੇ ਵਿੱਚ ਮੁਸ਼ਕਲਾਂ ਮੁਸ਼ਕਲਾਂ ਬਹੁਤ ਆਈਆਂ ਜੀ ਹਾਂਜੀ ਹਾਂਜੀ ਮੈਨੂੰ ਲੱਗੇ ਨੇ 10-12 ਸਾਲ ਤੋਂ ਲੱਗਾ ਆ ਕਿ ਉਹ ਮੈਨੂੰ ਮੇਰਾ ਖਿਆਲ ਜਿਹੜੀਆਂ ਉਡੀਕਾਂ ਸੀ ਹਾਂ ਹਾਂ ਉਡੀਕਾਂ ਖਤਮ ਹੋਈਆਂ ਇਹਨਾਂ ਦੀ وجہ ਦੇ ਕਰਕੇ ਨਹੀਂ ਪਰ 10-12 ਸਾਲ ਦਾ ਜਿਹੜਾ ਸਭ ਸਿੱਖਣ ਉਹ ਜਿਹੜਾ ਟਾਈਮ ਜਿਹੜੀ ਮੁਸ਼ਕਿਲਾਂ ਆਆਂ ਕਿਉਂਕਿ ਜਿਹੜੀਆਂ مایੁਸੀਆਂ ਜਾਂ ਮੁਸ਼ਕਿਲਾਂ ਉਹ ਬਹੁਤ ਕੁਝ ਸਿਖਾਉਂਦੀਆਂ ਨੇ ओके okay. अब आपका इंतजार खत्म हुआ हां देख लो <laughs> 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 आपका उडीका खत्म हुआ सो उडीका खत्म ਹੋਇਆ ਉਡੀਕਾ ਖਤਮ ਹੋ ਗਿਆ ਉਹ ਬੜਾ ਬੜਾ ਸਿੱਖਣ ਨੂੰ ਮਿਲਿਆ ਰਾਈਟ ਰਾਈਟ ਇਹਦਾ ਸਿੱਖਣ ਵਾਲਾ ਕਿਉਂਕਿ ਸਾਡੇ ਫਾਦਰ ਸਾਹਿਬ ਇਹ ਕਹਿੰਦੇ ਬੇਟਾ ਜਿਹੜੀ ਚੀਜ਼ ਜਿਹੜੀ ਜਿਹੜੀ ਵੀ ਚੀਜ਼ ਹੈ ਉਹ ਉਹਦਾ ਤਾਂ ਹੀ ਪਤਾ ਲੱਗਦਾ ਉਹਦੀ ਮਿਲਣ ਦੀ ਖੁਸ਼ੀ ਤਾਂ ਹੀ ਹੁੰਦੀ ਹੈ ਜਦ ਉਹਦੇ ਲਈ ਤਰਸੀ ਹੈ ਕਿਆ ਬਾਤ ਹੈ ਹੈਨਾ ਬਿਲਕੁਲ ਸਬਰਦਾ ਉਹ ਕਹਿੰਦੇ ਨਾ ਸਭ ਓ ਮਾਈ ਗੋਡ ਕਿਆ ਤਰਸੇ ਹੈ ਪੰਬਈ ਸੋਢਾ ਕਰ ਲਿਆ ਹੈ ਕਿਆ ਤਰਸੇ ਹੈ ਸਬਰ ਦਾ ਫਲ ਨਿਕਲ ਆਵਾ ਕਿਆ ਬਾਤ ਹੈ ਦਾ ਫਲ ਬਕਾਵਾ ਜੀ ਬਸ ਤੇ ਮੁੰਬਈ ਦੀ ਬਾਰਿਸ਼ ਦਾ ਲੁੱਥ ਜਿਹੜਾ ਤਰਸੀ ਇੱਥੇ ਅਗੇ ਬਰਸੀ ਹੈ ਬਿਲਕੁਲ ਬਿਲਕੁਲ ਸੋ ਦੋਸਤੋ ਗੱਲਾਂ ਬਾਤਾਂ ਦਾ سلسلہ ਹਲੇ ਸ਼ੁਰੂ ਹੋਇਆ ਜੀ ਆਪਾਂ ਨਿੱਕੀ ਜੀ ਬ੍ਰੇਕ ਲੈਂਦੇ ਆ ਨਿੱਕੀ ਜੀ ਉਡੀਕ ਤੁਸੀਂ ਕਰਿਓ ਆਪਾਂ ਫਿਰ ਮਿਲਦਾ ਇੱਕ ਪਿਆਰੀ ਜੀ ਉਡੀਕਤ ਬਾਤ ਬ੍ਰੇਕ ਤੋਂ ਬਾਅਦ ਬੈਲਿਓ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ 스ਪੌਟਲਾਈਟ ਦੇ ਵਿੱਚ ਤੇ ਅੱਜ ਆਪਾਂ ਮੁਲਾਕਾਤ ਕਰ ਰਹੇ ਹਾਂ ਜੀ ਦੋਨੋਂ ਮੇਰੇ ਲਈ ਨਵੇਂ ਚਿਹਰੇ ਹੈਗੇ ਨੇ ਮੇਰੇ ਇੰਟਰਵਿਊ ਦੇ ਵਿੱਚ ਰੱਖੀ ਸਾਵਨ ਜੀ ਤੇ ਪੇਜੀ ਸ਼ਾਖੋਟੀ ਜੀ ਅਸਾ ਸਟਰਗਲ ਦੀ ਆਪਾਂ ਗੱਲ ਕਰ ਰਹੇ ਸੀ ਇਹਨਾਂ ਨੂੰ ਕਿੰਨੀ ਸਟਰਗਲ ਕਰਨੀ ਪਈ ਰੱਖੀ ਜੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਡਾਂਸ ਕੁਇਨ ਤੁਹਾਨੂੰ ਡਾਂਸਿੰਗ ਕੁਇਨ ਕਿਹਾ ਜਾਂਦਾ ਹੈਗਾ ਪਰ ਐਕਟਿੰਗ ਦੇ ਲਈ ਉਹ ਵੀ ਪੰਜਾਬੀ ਵੀਡੀਓ ਦੇ ਵਿੱਚ ਐਕਟਿੰਗ ਲਈ ਤੁਹਾਨੂੰ ਕਿੰਨੀ ਸਟਰਗਲ ਕਰਨੀ ਪਈ आपने बिल्कुल सही कहा कि डांसिंग क्वीन के साथ साथ मैं रियलिटी शो की क्वीन भी हूँ जितना मैंने बड़ी स्क्रीन पे काम किया है उतना मैंने छोटी स्क्रीन पर भी टीवी पर भी कितना काम बिल्कुल, किया बिल्कुल। जैसे बिग बॉस नच, नच बलिए जैसे टॉक या ट स्वयं स्वयं रचाया exactly. था आप देखें देखे तो जी का स्वयं द्रौपदी जी का हुआ था और इस कलयुग में राखी का स्वयं हुआ था तो मेरे इतने अच्छे अच्छे मतलब यू नो टीवी पे शोज लेकर आई हूँ तो देखिए अभी भी मैं आपसे बात कर रही हूँ आप मुझसे बात करिये तो ये भी एक्टिंग की नेचुरल hmm. okay. तो ऐसा नहीं है जब आप डांस करते हैं आपको एक्सप्रेशन देना है तो भी एक्टिंग होती है बट hmm. Uh, हाँ अगर आप रोने के लिए कहे तो मैंने कभी सोचा नहीं था बट थैंक यू सो मच मुझे रोलाने के लिए <laughs> 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 नहीं नहीं इन द वीडियो आई हैव एंजॉयड इट और स्ट्रगल uh, की बात हो तो स्ट्रगल कौन नहीं करता mm -hmm. हर किसी को करना पड़ता है एंड uh, मैं दिल से काम करती हूँ बहुत दिल से ओके okay. चाहे मैं बॉलीवुड में काम करूं चाहे मैं पंजाब में काम करूं चाहे मैं साउथ में करूं एक्जेक्टली exactly. मैंने साउथ में भी काफी काम किया है right. बंगाल में भी किया है तो मैं पूरा हिंदुस्तान घूमती रहती हूं <laughs> अच्छा लगता है मुझे क्या बात है अच्छा पीजी पाजी सचिन होजा भाजी ने म्यूजिक दत्ता है है ना हां जी हां जी ते ए कोई पुरानी सांझगाठ सी ਉਹਨਾਂ ਨਾਲ ਪੁਰਾਣੀ ਨੇੜਤਾ ਸੀ ਕਿ ਉਹਨਾਂ ਨਾਲ ਇਸ ਕਰਕੇ ਸਚਿਨ ਭਾਈ ਨੇ ਫਿਰ ਮਿਊਜ਼ਿਕ ਦਿੱਤਾ ਜਾਂ ਫਿਰ ਉਹਨਾਂ ਨੇ ਰੱਖਿਆ ਸੀ ਕਿ ਯਾਰ ਤਨੂ ਬਈ ਆਪਾਂ ਲਾਂਚ ਕਰਨਾ ਮਤਲਬ ਲਾਂਚ ਤਾਂ ਅਸੀਂ ਪਹਿਲਾਂ ਹੋ ਚੁੱਕੇ ਹਾਂ ਬਟ ਕਮਰਸ਼ੀਲੀ ਇੱਕ ਗਾਣਾ ਜਿਹੜਾ ਲੈ ਕੇ ਆਣਾ ਇੱਕ ਸਾਰੇ ਸਾਹਮਣੇ ਇਧਰ ਅਸਲ ਗੱਲ ਇਦਾਂ ਹੈ ਕਿ ਇਹ ਗਾਣਾ ਜਿਹੜਾ ਮੇਰਾ ਉਡੀਕਾ ਜੀ ਇਹ ਮੇਰਾ ਵੀਰ ਅੰਗ ਸਿੰਘ ਜਿਹਦਾ ਇਹਨਾਂ ਦਾ ਸਹੀ ਨਾਮ ਹਾਂ ਤੇ ਉਹਨੇ ਇਸ ਗਾਣੇ ਨੂੰ ਪ੍ਰੋਡਿਊਸ ਕੀਤਾ ਹੈ ਓਕੇ ਉਹਦੇ ਨਾਲ ਮੈਂ ਡਿਸਕਸ ਕੀਤਾ ਮੈਂ ਕਿਹਾ ਵੀ ਇਹ ਗਾਣਾ ਯਾਰ ਆਪਾਂ ਕਰਨਾ ਬੜਾ ਅੱਛਾ ਗਾਣਾ ਮੈਂ ਸੁਣਾਇਆ ਹਾਂਜੀ ਮੈਂ ਸੁਣਾ ਸਕਦਾ ਆ ਭਾਜੀ ਅਸੀਂ ਸੁਣਾਗੇ ਅਸੀਂ ਬੇਤਾਲ ਲੈ ਗਿਆ ਹਾਂਜੀ ਮੈਂ ਤਾਂ ਹੀ ਮੈਂ ਕਿਹਾ ਪਹਿਲਾਂ ਪੁੱਛ ਲਈਏ ਭੂਮਿਕਾ ਬੰਦ ਏ ਸਾਰੇ ਪੀਸ ਕਰੀਏ ਫਿਰ ਗਾਣੇ ਦੀ ਗੱਲ ਹੋਈ ਨਾ ਮੈਂ ਚੋਣੇ ਪਹਿਲਾਂ ਗਾਣਾ ਸੁਣਾ ਹੀ ਦਿੱਤਾ ਜੀ ਇਹ ਤਾਂ ਵਧੀਆ ਗੱਲ ਹੋ ਗਈ ਤੁਹਾਨੂੰ ਨਾਲ ਸਾਰੇ ਦਰਸ਼ਕਾਂ ਨੂੰ ਹਾਂਜੀ ਮੈਨੂੰ ਰਹਿਣੂ ਡੀਕਾਂ ਤੇਰੀਆਂ ਰਹਿਣੂ ਡੀਕਾਂ ਤੇਰੀਆਂ ਦਿਨ ਚੜਦਾ ਮੁੱਕ ਜਾਵੇ ਮੈਨੂੰ ਰਹਿਣੂ ਢੀਕਾ ਤੇਰੀਆਂ ਦਿਨ ਚੜਦਾ ਮੁੱਕ ਜਾਵੇ ਮੈਂ ਕਿਹੜੇ ਪਸੇ ਜਾਵਾਂ ਜਿੱਥੇ ਯਾਦ ਤੇਰੀ ਨਾਵੇ ਕਿਹੜੇ ਪਸੇ ਜਾਵਾਂ ਜਿੱਥੇ ਯਾਦ ਤੇਰੀ ਨਾਵੇ ਵਾਹ ਜੀ ਵਾਹ ਇਹ ਗਾਣਾ ਮੈਂ ਤਾਂ ਗਾ ਕੇ ਕੀ ਬਾਤ ਹੈ ਆਪਣੀ ਵੀਡੀਓ ਨਾਲ ਸ਼ੇਅਰ ਕੀਤਾ ਅੰਗਦ ਨਾਲ ਜੀ ਤੇ ਮੈਨੂੰ ਕਹਿੰਦਾ ਭਾਜੀ ਵੀ ਇਹ ਗਾਣੇ ਤਾਂ ਮਿਊਜ਼ਿਕ ਵੀ ਬਹੁਤ ਅੱਛਾ ਹੋਣਾ ਚਾਹੀਦਾ ਕਿਹਨਾਂ ਤੋਂ ਜੀ ਤੇ ਮੇਰੀ ਜ਼ੁਬਾਨ ਤੇ ਕੋਈ ਨਾ ਆਇਆ ਮੈਂ ਕਿਹਾ ਵੀ ਇਹ ਨਾ ਮੇਰੇ ਵੱਡੇ ਭਾਜੀ ਨੇ ਸਲੀਮ ਵਰਗੇ ਵੱਡੇ ਭਾਜੀ ਨੇ ਜੀ ਸਚਨ ਉਹ ਜੀ ਮੈਂ ਕਿਹਾ ਮੈਲੋਡੀ King ਹਾਂ ਹਾਂ ਬਿਲਕੁਲ ਉਹ ਹੀ ਇਸ ਗਾਣੇ ਨੇ ਇਨਸਾਫ ਕਰ ਸਕਦੇ ਨੇ ਫਿਰ ਉਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਜੀ ਇਹ ਆ ਗਾਣਾ ਹੈ ਕਹਿੰਦੇ ਪਹਿਲਾਂ ਗਾਣਾ ਤਾਂ ਸੁਣਾ ਰਾਈਟ ਕਿਹਾ ਭਾਜੀ ਤੁਸੀਂ ਮੇਰਾ ਗਾਣਾ ਕਰਨਾ ਕਹਿੰਦੇ ਪਹਿਲਾਂ ਗਾਣਾ ਤਾਂ ਸੁਣਾ ਹਾਂ ਮੈਂ ਜਦੋਂ ਇਹ ਗਾਣਾ ਉਹਨਾਂ ਨੂੰ ਸੁਣਾਇਆ ਤੇ ਜਿੱਦਾਂ ਰੱਖ ਜੀ ਨੇ ਕਿਹਾ ਨਾ ਇਹ ਇਹਨਾਂ ਨੇ ਇਹਨਾਂ ਨਾਲ ਇਦਾਂ ਕਿਹਾ ਸੀ ਇਹ ਐੜਾ ਗਾਣਾ ਜਿਹੜਾ ਸੀ ਨਾ ਐਸ ਕੀਤਾ ਮੈਂ ਤੇ ਅੰਗਨ ਨਾਲ ਡਿਸਕਸ ਕੀਤਾ ਤੇ ਇਹਨਾਂ ਨੇ ਇਹਨਾਂ ਨੇ ਫਟ ਗਿਆ ਤਾਂ ਸੀ ਪੇਜੀ ਇਹ ਗਾਣਾ ਤੋਂ ਜਦੋਂ ਸੁਣਿਆ ਬਾਅਦ ਚ ਅਸੀਂ ਹਨਾ ਕਿਹਾ ਵੀ ਤੁਸੀਂ ਕਰਨਾ ਫਿਰ ਇਹਨਾਂ ਨੇ ਵੀ ਇੱਕਦਮ ਕਿਹਾ ਪੇਜੀ ਜੀ ਹੁਣ ਤੋਂ ਮੈਂ ਹੀ ਕਰੂੰਗੀ ਇਹ ਗਾਣਾ ਤੋਂ ਮੈਂ ਹੀ ਕਰੂੰਗੀ ਐਦਾਂ ਐਦਾਂ ਸਚਨ ਭਾਈ ਨੇ ਕਿਹਾ ਕਹਿੰਦੇ ਉਹ ਇਹ ਗਾਣਾ ਮੈਂ ਹੀ ਕਰਨਾ ਕਿਸੇ ਹੋਰ ਹੋਰ ਤੋਂ ਨਹੀਂ ਕਰਾਉਣਾ ਤੁਹਾਨੂੰ ਕੀ ਬਾਤ ਹੈ ਕੀ ਬਾਤ ਹੈ ਉਹਨਾਂ ਹੱਕ ਹੈ ਉਹਨੂੰ ਕਹਿ ਸਕਦੇ। ਬਿਲਕੁਲ ਅਜਿਹਾ ਜਿਹੜੇ ਲਵਸ ਹੈਗੇ ਨੇ ਲਿਖਿਆ ਹੋਇਆ ਬਹੁਤ ਖੂਬਸੂਰਤ ਹੈ। ਹਾਂਜੀ ਹਾਂਜੀ ਇਹ ਫਿਰ ਕਿਦਾਂ ਡਿਸਕਸ਼ਨ ਹੋਈ? ਕੌਣ ਹੈ ਤੇ ਰਾਈਟਰ ਹੈਗੇ ਲਿਸਟ ਹੈ। ਇਹਦੇ ਰਾਈਟਰ ਨੇ ਸਤਨਾਮ ਸੋਹੀ ਜੀ ਉਹਨਾਂ ਦਾ ਨਾਮ ਹੈ ਅਜਨਾਲੇ ਤੋਂ। ਜੀ। ਨਵਾਂ ਨਵੇਂ ਨੇ ਨਵੇਂ ਨੇ। ਬੜਾ ਛਲਕਿਆ ਬਾ ਕਮਾਲ। ਉਹਨਾਂ ਨੇ ਅਪਰੋਚ ਕੀਤਾ ਜਾਂ ਫਿਰ ਤੁਹਾਡੇ ਫਰੈਂਡ ਸਰਕਲ ਵਿੱਚੋਂ ਸੀਗੇ ਉਹ? ਜਿਹੜਾ ਗਾਣਾ ਤੁਹਾਡੇ ਤੱਕ ਪਹੁੰਚਿਆ। ਮੇਰਾ ਦੋਸਤ ਹੈ ਸਾਡਾ। ਹਾਂ। ਰਵੀ ਅਜਨਾਲਵੀ ਅਜਨਾਲੇ ਤੋਂ ਵੀ ਮੁੰਡਾ ਬਹੁਤ ਦਿਲ ਸੇ ਨਿਕਲੇ ਹੈ ਲਿਰਿਕਸ ਹਾਂ ਬਿਲਕੁਲ ਐਗਜੈਕਟਲੀ ਬਹੁਤ ਹੀ ਦਿਲ ਸੇ ਬਹੁਤ ਟੱਚੀ ਹੈ ਐਗਜੈਕਟਲੀ ਬਹੁਤ ਸੂਦੀنگਲੀ ਜਿਹੜਾ ਗਾਇਆ ਉਹ ਹੋਰ ਮਜ਼ਾ ਆਉਂਦਾ ਸੁਣ ਕੇ ਹਾਂਜੀ ਉਹ ਅਜਨਾਲੇ ਤੋਂ ਇੱਕ ਮੁੰਡਾ ਰਵੀ ਹੈ ਰਵੀ ਅਜਨਾਲਵੀ ਉਹਨੇ ਇੱਕ ਗਾਣਾ ਪਹਿਲਾਂ ਵੀ ਕੀਤਾ ਸੀ ਸਲੀਮ ਭਾਈ ਦਾ ਵੀ ਸਾਰਾ ਸਾਰਾ ਦਿਨ ਕੰਪੋਜ਼ਰ ਹੈ ਬਹੁਤ ਅੱਛਾ ਰਾਈਟ ਤੇ ਇਹ ਵੀ ਜਿਹੜੀ ਕੰਪੋਜੀਸ਼ਨ ਹੈ ਰਲ ਮਿਲ ਕੇ ਸੀ ਇਹੜੀ ਉਡੀ ਕਾ ਉਹਨੇ ਮੈਨਾਂ ਡਿਸਕਸ ਕੀਤਾ ਪਾਜੀ ਇਹ ਗਾਣਾ ਹੈਗਾ ਇਦਾਂ ਦਾ ਕਰਕੇ ਓਕੇ ਤੇ ਫਿਰ ਮੈਂ ਕਿਹਾ ਯਾਰ ਗਾਣਾ ਕਿਹਦਾ ਹੈ ਕਹਿੰਦਾ ਪਾਜੀ ਸਤਨਾਮ ਸੋਹੀ ਆਜਨ ਵਾਲੇ ਤੋਂ ਤੇ ਮੈਂ ਕਿਹਾ ਉਹਨਾਂ ਨੂੰ ਲੱਭੋ ਕਿਸੇ ਤਰੀਕੇ ਨਾਲ ਹਾਂ ਹਾਂ ਤਾਂ ਪਹਿਲਾਂ ਉਹਨਾਂ ਨੂੰ 2-4 ਮਹੀਨਿਆਂ ਸੇ ਲੱਭਿਆ ਓਕੇ ਉਹ ਵੀ ਫਕੀਰ ਬੰਦੇ ਨੇ ਬਸ ਇਧਰ-ਉਧਰ ਨਿਕਲ ਜਾਂਦੇ ਨੇ ਅੱਛਾ ਜੀ ਉਹ ਰਾਜਸਥਾਨ ਗਏ 4 ਮਹੀਨੇ ਸੇ ਵੀਟ ਕੀਤੀ ਮਾਦੀ ਕੀ ਬਾਤ ਹੈ ਸੋਾਈ ਤੇ ਇਹ ਗਾਣਾ ਲਿਆਉਣਾ ਤੁਹ हा, very nice. I, I का just, जब मैं चंडीगढ़ गई शूटिंग करने हाँ तो बहुत अच्छा एक्सपीरियंस रहा जब पेजी जी से मिली बहुत अच्छे इंसान लगे <laughs> अंगद जी तो है ही है right. लेकिन उनके पापा से मिली तो एक अलग एक्सपीरियंस बिल्कुल एक सूफी इंसान हाँ एकदम बहुत ही संगीत दे, फकीर। स्कूल कहा जाता है हाँ जी बिल्कुल फकीर टाइप इतने अच्छे इंसान फिर इनके भाई से मिली हाँ मास्टर सलीम जी, हाँ जी से इतने अच्छे लोगों के बीच में मैंने ये सॉन्ग किया मुझे तो मैं अपने आपको बहुत खुश नसीब समझती हूँ की मैंने एक अच्छे घर आने में अच्छे लोगों के बीच में एक अच्छा सॉन्ग किया एंड उन्होंने काफी आशीर्वाद दिए मुझे

ਮੈਂ ਚਾਹ ਰਹੀ ਹਾਂ ਜਿਹੜੇ ਅੱਗੇ ਪ੍ਰੋਜੈਕਟ ਆ ਰਹੇ ਨੇ ਵਿੱਚ ਹੋਰ ਮੇਰੇ ਖਿਆਲ ਪੰਜਾਬੀ ਤੁਹਾਡੀ ਸੁਣਨ ਨੂੰ ਨਹੀਂ ਜਿੱਦਾਂ ਬਿਲਕੁਲ ਮੈਂ ਸਿੱਖ ਰਹੀ ਹੂੰ ਪੰਜਾਬੀ ਔਰ ਗੁਰੂ ਬੈਠੇ ਆਂਗਾ ਗਾਣਾ ਵੀ ਸਿਖਾएंगे ਮੂਝੇ ਕੀ ਬਾਤ ਹੈ ਸਿੰਗਿੰਗ ਵੀ ਸਿਖਾएंगे ਪੰਜਾਬੀ ਵੀ ਸਿਖਾएंगे ਹਾਂ ਔਰ ਮੈਂ ਫਿਲਮ ਮੈਂ ਤੁਹਾਨੂੰ ਪੰਜਾਬੀ ਪੰਜਾਬੀ ਸਿਖਾ ਦਿੰਨਾ ਜੀ ਕੁਝ ਕੁਝ ਬੋਲੂ ਮੈਂ ਬੋਲ ਪਾਤੀ ਹੂੰ ਕੋਈ ਨਹੀਂ ਹਾਂ ਜੋ ਬੋਲੋ ਤੇ ਕੋ ਗੁਰਜੀਤ ਜੀ ਕੀ ਹਾਲ ਹੈ ਹਾਏ ਹਾਏ ਇਹ ਤਾਂ ਕਿੰਨਾ ਇਜ਼ੀ ਹੈ ਹਾਂ ਅੱਛਾ ਗੁਰਜੀਤ ਜੀ ਤੁਹਾਡਾ ਕੀ ਹਾਲ ਹੈ ਹਾਏ 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 ਕੀ ਬੋਲੇ ਹਾਂ ਇਹਦੀ ਜ਼ਬਾਨ ਤਾਂ ਥੋੜਾ ਵਧੀਆ ਲੱਗ ਰਿਹਾ ਕੁਝ ਕੁਝ ਅਲੱਗ ਔਰ ਜੋ ਉਹ ਮੇਰੇ ਲਈ ਕਠਿਨ ਹੋ ਅੱਛਾ ਵੇ ਮੁੰਡਿਆ ਤੂੰ ਕਿੰਨਾ ਸੋਹਣਾ ਹੈ ਵੇ ਮੁੰਡਿਆ ਤੂੰ ਕਿੰਨਾ ਸੋਹਣਾ ਹੈ ਆਏ ਚਲੋ ਟੀਚਰ ਜੀ ਪੜਿਆ ਮਰੇ ਬਹੁਤ ਵਧੀਆ ਚੀਜ਼ਾਂ ਦੱਸ ਰਿਹਾ ਟੀਚਰ ਜੀ ਕੀਪ ਇਟ ਅਪ ਤੁਸੀਂ ਹੋਰਾਂ ਨੂੰ ਵੀ ਇਦਾਂ ਹੀ ਦੱਸਿਆ ਕਰੋ ਕਿ ਨਹੀਂ ਆਏ ਸਾਰਿਆਂ ਨਾਲ ਇਦਾਂ ਦੀ ਗੱਲਾਂ ਰੱਖਿਆ ਕਰੋ ਸਾਰੇ ਦੋਸਤਾਂ ਵੀ ਗੁਰਜੀਤ ਬੜਾ ਸੋਹਣਾ ਹੈ ਬਸ ਬੈਕ ਟੂ ਬੈਕ ਵੈਲ ਦੋਸਤੋ ਸੋਹਣੇ ਸੋਹਣੇ ਗੱਲਾਂ ਇੱਥੇ ਹੋ ਰਹੀਆਂ ਸੋਹਣੇ ਸੋਹਣੇ ਇਨਸਾਨਾਂ ਦੇ ਨਾਲ ਤੁਸੀਂ ਕਿਦਰ ਇੱਕ ਬਹੁਤ ਹੀ ਨਿੱਕੀ ਜਿਹੀ ਹੋਰ ਬ੍ਰੇਕ ਲੈਣੇ ਆਪਾਂ ਫਿਰ ਮਿਲਦੇ ਹਾਂ ਜੀ ਪਿਆਰੀ ਜੀ ਓਡੀਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਜੇ ਇੱਕ ਵਾਰ ਫੇਰ ਤੁਹਾਡਾ ਨਿੱਘਾ ਸਵਾਗਤ ਹੈ ਜੀ ਪੀਡੀਸੀ ਸਪੌਟਲਾਈਟ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ ਜੀ ਪੇਜੀ ਸ਼ਾ ਕੋਟੀ ਜੀ ਨਾਲ ਤੇ ਰਾਖੀ ਸਾਵਣ ਦੇ ਨਾਲ ਰਾਖੀ ਸਾਵਣ ਤਾਂ ਆਪਣੇ ਆਪ ਵਿੱਚ ਬਹੁਤ ਵੱਡਾ ਨਾਮ ਹੈ ਕਿ ਨਹੀਂ ਬਹੁਤ ਜੀ ਇੱਕ ਵਰਡ ਮੈਨੂੰ ਬੋਲਦੇ ਰਾਖੀ ਸਾਵਣ ਦੇ ਨਾਲ ਤੇ ਐਨ ਖੜ ਜਾਂਦਾ ਜੋ ਆਲੀ ਨਾਲ ਅੱਜ ਭਾਈ ਵੀਡੀਓ ਦੀ ਗੱਲ ਕਰੀਏ ਓਡੀਕਾ ਦੇ ਆਪਾਂ ਤੇ ਇਹ ਮੇਰੇ ਖਿਆਲ ਚੰਡੀਗੜ੍ਹ ਦੇ ਲਾਗ ਨੇੜੇ ਸ਼ੂਟ ਹੋਇਆ ਤੇ ਉਹ ਲੋਕੇਸ਼ਨਸ ਕਿਦਾਂ ਫਾਈਨਲਾਈਜ਼ ਕੀਤੀਆਂ ਇਹ ਵੀ ਇਹ ਸੋਚ ਵਿੱਚ ਆਇਆ ਸੀ ਵੀ ਰਾਖੀ ਸਾਵਣ ਬੰਬੇ ਆਪਾਂ ਬੰਬੇ ਲੈ ਜਾਈਏ ਇਹ ਕਦੇ ਸੋਚ ਆਇਆ ਸੀਗਾ ਬੀ ਸੈਟਅਪ ਥੇਲਾ ਜੀ ਸੋਚਿਆ ਸੀ ਪਹਿਲਾਂ ਪਰ ਫਿਰ ਜਦੋਂ ਮੇਰਾ ਵੀਰ ਅੰਗਰ ਸਿੰਘ ਉਹਨੇ ਕਿਹਾ ਪਾਜੀ ਪੰਜਾਬੀ ਗਾਣਾ ਹੈ ਕੁਛ ਹੈ ਨਾ ਪੰਜਾਬ ਚ ਪਹਿਲਾਂ ਸੋਚਿਆ ਕੁਛ ਪੰਜਾਬ ਚ ਦੇਖਦੇ ਆ ਨਾ ਓਕੇ ਤੇ ਫਿਰ ਇੱਕ ਨੇੜੇ ਚੰਡੀਗੜ੍ਹ ਦੇ ਨੇੜੇ ਆਪਣਾ ਰੋਪੜ ਹਾਂਜੀ ਜਿੱਥੇ ਮੇਰਾ ਘਰ ਰੋਪੜ ਦੇ ਉਹ ਤੁਸੀਂ ਮੈਂ ਡਿਸਟ੍ਰਿਕਟ ਰੋਪੜ ਤੋਂ ਆ ਜੀ ਅੱਛਾ ਜੀ ਤੇ ਰੋਪੜ ਦੇ ਨੇੜੇ ਇੱਕ ਫਾਰਮ ਹਸੇ ਉਹਦੇ ਮਤਲਬ ਅਸੀਂ ਮਤਲਬ ਕਉ ਤੇ ਸ਼ੂਟ ਸ਼ੂਟ ਕੀਤਾ ਜਿਹਾ ਜ਼ਰਾ ਗਾਣਾ ਹੈ ਜਦੋਂ ਸ਼ੂਟ ਕਰ ਰਹੇ ਸੀਗੇ ਕਿਉਂਕਿ ਤੁਸੀਂ ਫੁੱਲ ਫਰੇਜ ਪਹਿਲਾਂ ਤੁਹਾਨੂੰ ਸਟੇਜਿਸ ਤੇ ਲਾਈਵ ਸ਼ੋਜ਼ ਵਿੱਚ ਸਾਰੇ ਜਾਣਦੇ ਹੈਗੇ ਤੁਸੀਂ ਸ਼ੋਜ਼ ਕੀਤੇ ਨੇ ਬਟ ਵੀਡੀਓ ਸ਼ੂਟ ਕਰਨਾ ਤੁਹਾਡਾ ਪਰਸਨਲ ਐਕਸਪੀਰੀਅੰਸ ਕਿਹੋ ਜਿਹਾ ਰ ਉਪਰੋ ਰਾਗੀ ਸਾਹਵਾਂ ਜੀ ਇੱਕ ਮਨਜਹ ਕਲਾਕਾਰ ਹੈਗੇ ਨਾ ਕਿ ਨਹੀਂ ਕਿਦਾਂ ਦਾ ਐਕਸਪੀਰੀਅੰਸ ਐਕਸਪੀਰੀਅੰਸ ਇਦਾਂ ਰਿਹਾ ਕਿ ਮੈਨੂੰ ਬਹੁਤ ਸਿੱਖਣ ਨੂੰ ਮਿਲਿਆ ਹਾਂ ਤੇ ਉਹਦੇ ਵਿੱਚ ਖਾਸ ਕਰਕੇ ਇੱਕ ਸ਼ਾਰਟ ਸੀ ਕਿ ਮੈਂ ਨਾ ਘੁੰਮ ਕੇ ਮੈਂ ਕਿਹੜੇ ਪਸੇਜਾਂ ਵਿੱਚ ਜਿੱਥੇ ਆਦੀ ਤੇਰੀ ਨਾ ਹੈ ਤਾਂ ਕਰਕੇ ਨਾ ਮਤਲਬ ਲੱਖੀ ਜਵਲ ਮੈਂ ਐਦਾ ਦੇਖਣਾ ਸੀ ਆਹਾਂ ਉਹ ਸ਼ਾਰਟ ਘੱਟੋ ਘੱਟ ਮੈਂ 12 13 ਮਰੀਓ ਦਿੱਤਾ ਉਹ ਐਸੇ हां बिल्कुल देख ही नहीं पा रहे थे ऐसा देख रहे थे ऐसे वहां पे डर जाते ऐसे देख लेते फिर से डर जाते थे हां सो शॉर्ट जड़ जी आप क्यों डर रहे हो हां ऊपर से बॉर्डर पे नहीं खड़े थे बिल्कुल जो मांग दिया गया था ओके वो मैं जब बार-बार इधर देखता था, था ना तो देखते-देखते मैं डरता मैं क्या आगे को ते आवाज आ जे ओए क्या देख रहा है ਇਸ ਦਾ ਗਾਣਾ ਵੀ ਬਹੁਤ ਫੇਮਸ ਹੋਇਆ ਥਾ ਨਾ ਦੇਖਦਾ ਹੈ ਤੂੰ ਕੀ ਹਾਂ ਜੀ ਜੋ ਉਹ ਜਿਹੜਾ ਫਰੇਮ ਸੀ ਹੁੰਚ ਮੈਂ ਬਾਹਰ ਹੋ ਜਾਂਦਾ ਸੀ ਬਾਰ-ਬਾਰ ਨਾ ਹਾਂ ਤੇ ਉਹ ਜਿਹੜਾ ਮਾਰ ਦਿੱਤਾ ਸੀ ਮੈਂ ਉਹ ਥੋੜਾ ਜਨਾ ਦੇਖਦੇ ਦੇਖਦੇ ਮੈਂ ਇੰਨਾ ਡਰ ਜਾਂਦਾ ਸੀ ਉੱਥੇ ਪਰਾ ਚਲ ਜਾਂਦਾ ਸੀ ਓਕੇ ਸਾਈਡ ਤੇ ਕਿਉਂਕਿ ਇੱਥੇ ਤਾਂ ਵੱਡੇ ਵੱਡੇ ਡਰਦੇ ਨੇ ਬਿਲਕੁਲ ਬਿਲਕੁਲ ਤੇ ਮੈਂ ਥੋੜਾ ਜਿਹਾ ਪਰੇ ਚਲੇ ਜਾਂਦਾ ਸੀ ਤੇ ਇਹਨਾਂ ਨੇ ਨਾ 12 13 ਵਾਰੀ ਇਦਾਂ ਹੋਇਆ ਮੇਰੇ ਤੋਂ ਓਕੇ ਤੇ ਇਹਨਾਂ ਨੇ ਬਾਅਦ ਚ ਹੱਥ ਫੜ ਕੇ ਕਿਹਾ ਮੇਰੇ ਬਾਪ ਹਾਂ तू पाकिस्तान क्यों जाता है हिंदुस्तान अच्छा, में रे हिंदुस्तान में वो बॉर्डर क्रॉस बार-बार मुड़ रहे हो आप हिंदुस्तान में खड़े रहो पाकिस्तान से गाना क्यों गा रहे हो मैं केड़े पास से जावा मैं केड़े पास से तो बाहर चले जाता था ना काफी बार चले कहां से क्यों गा रहे हो बहुत मजा आया एक्चुअली वो पहली बार कैमरा फेस कर रहे थे जी बिल्कुल तो एक जो जैसे मैं इनकी सीनियर हूँ तो मेरा एक्चुअली मैंने मैं जब फर्स्ट टाइम करते हैं तो मैं मौका देती हूँ अपने स्टाइल से करो करो आप बहुत ज़्यादा कॉपरेट किया बहुत मुझे सीखने को मिला ये क्योंकि जब मैं नहीं थी तो मेरे जो सीनियर्स थे मुझे काफी मौका दे रहे थे तो ये मेरा फर्ज बनता है तो फिर जब जगह पे नहीं आ रहे थे ਉਹਨੂੰ ਟੈਨਸ਼ਨ ਹੋ ਰਹੀ ਸੀ ਕਿ ਕਹੀਂ ਮੈਨੂੰ ਕੁਝ ਫੀਲ ਨਾ ਹੋ ਮੈਨੂੰ ਕੋਈ ਕੁਝ ਫੀਲ ਨਹੀਂ ਹੋ ਰਾਈਟ ਰਾਈਟ ਉਹ ਰਹਿੰਦੀ ਅਮਾਨ ਦੇ ਵਿੱਚ ਗੱਲਾਂ ਬਿਲਕੁਲ ਜੀ ਤਾਂ ਫਿਰ ਫਿਰ ਉਹਨੂੰ ਮੈਂ ਬੋਲਾ ਹਾਂ ਬਹੁਤ ਸਹੀ ਕਰ ਰਹੇ ਹੋ ਜੀ ਜੀ ਬਹੁਤ ਪਰਫੈਕਟ ਐਕਸਪ੍ਰੈਸ਼ਨ ਹੈ ਬਸ ਇਤਨਾ ਕਿ ਇੰਡੀਆ ਮੇਂ ਖੜੇ ਹੋ ਕੇ ਗਾਓ ਹਾਂ ਪਾਕਿਸਤਾਨ ਮੇਂ ਖੜੇ ਹੋ ਕੇ ਮਤ ਜਿਹੜੀ ਮਨ ਵਿੱਚ ਟੈਨਸ਼ਨ ਰਹਿੰਦੀ ਹੈ ਨਾ ਜਦੋਂ ਇੰਟਰਵਿਊ ਕਰਨਾ ਸੀਗਾ ਤਾਂ ਸਾਰੇ ਮੇਰੇ ਜਿਹੜੇ ਅਦਰ ਮੈਨੇਜਮੈਂਟ ਟੀਮ ਹੈਗੇ ਸਾਰੇ ਕਹਿਣ ਲੱਗੇ ਸੀ ਵੀ ਧਿਆਨ ਨਾਲ ਕਿਤੇ ਅੱਧਾ ਅੱਧਾ ਸਵਾਲ ਨਾ ਪੁੱਛ ਲਈ ਹੋਰ ਕਿਤੇ ਟੰਟਣਾ ਹੋਰ ਬ੍ਰੇਕ ਆਪ ਮੁਝੇ ਕੁਝ

نو ویلکم جوکس ہے پار پر چھچائی ہے گے ایک ایکسپیرینس جڑے بندے ہن ਤੁਸੀਂ سارے ملائنا ایکسپیرینس کیتا بالی ووڈ وچ ਤੁਹਾਡਾ ਜਿਹੜਾ ਤਜਰਬਾ ਹੈਗਾ ਸਾਡੇ ਨਾਲੋਂ ਕਿਤੇ ਵੱਧ ਹੈਗਾ ਕਿ ਨਹੀਂ بالکل جی ਤੁਸੀਂ ਵਕ ਵਕ ਲੋਕਾਂ ਨੂੰ ਮਿਲੇ ਹੈਗੇ ਉਹ ਤਜਰਬਾ ਤੁਹਾਡੇ ਨਾਲ ਕੈਰੀ ਫਾਰਵਰਡ ਹੁੰਦਾ ਬੇਸਿਕਲੀ ਉਹ ایکسپیرینس ਤੋਂ ਸਾਨੂੰ ਹੁੰਦਾ ਕਿ ਤੁਹਾਡੇ ਕੋਲ ਜ਼ਿਆਦਾ ایکسپیرینس ਹੈ ਤਾਂ ਸਾਨੂੰ ਥੋੜਾ ਉਸ ਢੰਗ ਨਾਲ ਚੱਲਣਾ ਪੈਣਾ ਹੈ ਕਿ ਨਹੀਂ ਤੇ ਇਹ ਕੀ ਇਹ ਚੀਜ਼ ਕਹਿ ਸਕਦੇ ਆਪਾਂ ਜੀ بالکل میں اپ کو ਇਹ ਕਹਿਣਾ ਚਾਹੂੰਗੀ ਕਿ ਮੈਂ ਇੱਕ ਐਸੀ ਲੜਕੀ ਹਾਂ ਆਈ ਹੈਵ ਡਨ ਅ ਲਾਟਸ ਆਫ ਸਟਰਗਲ ਸ਼ਾਹਰੂਖ ਖਾਨ ਸਲਮਾਨ ਖਾਨ ਆਮੀਰ ਖਾਨ ਦੇ ਲੈ ਕੇ 올 ਦਾ ਖਾਨਸ बॉलीवुड का अभी मैंने आईफा करके आई रणबीर सिंह अर्जुन कपूर सबके साथ मैंने काम किया बिल्कुल

ਐਂਡ ਦੈਟਸ ਸੋ ਸੋ ਨਾਈਸ ਆਫ ਯੂ ਸੋ ਨਾਈਸ ਆਫ ਯੂ ਆਂ ਜੀਆ ਬਿਲਕੁਲ ਬਿਲਕੁਲ ਤੇ ਇਹ ਜਿਹੜਾ ਤੁਹਾਡਾ ਉੜੀਕਾ ਹੈਗਾ ਤਾਂ ਇੱਕੋ ਸਿੰਗਲ ਟਰੈਕ ਹੈ ਜਾਂ ਇਹਦੇ ਨਾਲ ਹੋਰ ਵੀ ਤਿਆਰੀਆਂ ਖਿੱਚੀਆਂ ਹੋਈਆਂ ਨੇ ਮੈਂ ਜਲਦੀ ਅੱਛਾ ਹੈ ਪੂਰੀ ਐਲਬਮ ओके okay. हां जी हां जी वीडियोस मतलब चल रही है शूट हो रही हां जी वीडियोस चल रही है ने ओदियां ते वो बहुत बहुत बढ़िया कोई सॉन्ग है आपका सुना दो फिर प्लीज सुना दो सुना दो बाजी बिल्कुल जी बिल्कुल तमाकेदार हां क्योंकि सॉन्ग भी मुझे बहुत पसंद है अरे अब सुनो जरा बहुत मजा आएगा हां दो जी ओ है आ ਤੁਹਾਡੀ ਨਾਲ ਨਾਲ ਤਾੜੀ ਦਾ ਸਾਥ ਮਿਲ ਜੇ ਤੇ ਮਜ਼ਾ ਹੀ ਆ ਜਾਏ ਮੈਸੇਜ ਲਿਓ ਜੀ ਆਹ ਦੇਖੋ ਸਾਰਾ ਦਿਨ ਵੇਲੇ ਰਹਿਨੇ ਆ ਮੋੜ ਤੇ ਜਾ ਜਾ ਬੈਨੇ ਸਾਰਾ ਦਿਨ ਵੇਲੇ ਰਹਿਨੇ ਆ ਮੋੜ ਤੇ ਜਾ ਜਾ ਬੈਨੇ ਕਿਤੇ ਵਿਗੜ ਨਾ ਜਾਈਏ ਕਿਤੇ ਵਿਗੜ ਨਾ ਜਾਈਏ ਕਿਤੇ ਵਿਗੜ ਨਾ ਜਾਈਏ ਕਿਸੇ ਕੰਮ ਚ ਪਾ ਦੇ ਓਏ ਰੱਬਾ ਕੋਈ ਕੁੜੀ ਪਸਾ ਦੇ ਜਾਂ ਫਿਰ ਵੀਜ਼ਾ ਲਾ ਦੇ ਓਏ ਰੱਬਾ ਕੋਈ ਕੁੜੀ ਪਸਾ ਦੇ ਜਾਂ ਫਿਰ ਵੀਜ਼ਾ ਲਾ ਦੇ ਓਏ ਰੱਬਾ ਕਿਆ ਬਾਤ ਹੈ ਕਿਆ ਬਾਤ ਹੈ ਇਹ ਜਿਹੜੇ ਕੈਨੇਡਾ ਤੇ ਆਸਟ੍ਰੇਲੀਆ ਵਾਲ ਦੌੜਨ ਨੂੰ ਤਿਆਰ ਬੈਠੇ ਆ ਉਹਨਾਂ ਲਈ ਤੇ ਉਹਨਾਂ ਵਾਸਤੇ ਇਹ ਜਿਹੜੇ ਵਿਲੇ ਨੇ ਉਹਨਾਂ ਵਾਸਤੇ ਆਈ ਲਵ ਦ ਸੌਂਗ ਬਹੁਤ ਖੂਬ ਤੇ ਤੁਹਾਡੀ ਆਵਾਜ਼ ਦੇ ਵਿੱਚ ਇੱਕ ਨਵਾਂ ਪਹਿਲਾ ਠਹਿਰਾਵ ਵਾਲਾ ਤੁਹਾਡਾ ਗੀਤ ਸੁਣਿਆ ਤੇ ਇਹਦੇ ਵਿੱਚ ਇੱਕ ਜੋਸ਼ ਵਾਲਾ ਵੀ ਹੈਗਾ ਕਿਤੇ ਨਾ ਕਿਤੇ ਗਿਣੀ ਨਜ਼ਰ ਆ ਰਿਹਾ ਤੁਹਾਡਾ ਸੋ ਫਿਊਚਰ ਵਿੱਚ ਦੋਵਾਂ ਨੇ ਤੁਹਾਡੀ ਬਿਲਕੁਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜਿਹੜਾ ਤੁਹਾਡਾ ਇੱਕ ਪਰਿਵਾਰ ਹੈਗਾ ਕਰਾਨਾ ਹੈਗਾ ਉਹ ਚੜ੍ਹਦੀ ਕਲਾ ਵਿੱਚ ਹੈਗਾ ਹੀ ਹੈ ਉਹਨੇ ਪੰਜਾਬੀ ਸੰਗੀਤ ਨੂੰ ਬਾਲੀਵੁੱਡ ਨੂੰ ਬਹੁਤ ਕੁਝ ਦਿੱਤਾ ਆਪਣੀ ਆਵਾਜ਼ ਰਾਂਹੀਂ ਆਪਣੇ ਅੰਦਾਜ਼ ਰਾਂਹੀਂ ਬਹੁਤ ਪਿਆਰ ਹੈ ਸਭ ਲੋਕਾਂ ਦਾ ਪਿਆਰ ਪਿਆਰ ਕਰਦੇ ਨੇ ਰਾਖੀ ਜੀ ਇੱਕ ਮੋਮੈਂਟ ਜਿਹੜੀ ਕਿ ਤੁਸੀਂ ਇਸ ਵੀਡੀਓ ਜਦੋਂ ਸ਼ੂਟ ਹੋਇਆ ਹੈਗਾ ਕਿ ਨਹੀਂ ਉਹਦੇ ਦੌਰਾਨ ਸਭ ਤੋਂ ਜ਼ਿਆਦਾ ਕਿਹੜੀ ਯਾਦਗਾਰ ਬਣ ਕੇ ਰਹਿ ਗਈ ਤੁਹਾਡੇ ਲਈ ਜੋ ਹਮੇਸ਼ਾ ਕੇ ਲਈ ਯਾਦ ਰਹੇਗੀ ਆਪਕੋ ਕਿ ਪਾਪਾ ਜੀ سے ਮਿਲਣਾ ਮੇਮੇ ਮਿਲੇ ਜੋ ਬਹੁਤ ਹੀ ਅੱਛੇ ਇਨਸਾਨ ਬਹੁਤ ਹੀ ਫਕੀਰ ਇਨਸਾਨ ਬਹੁਤ ਹੀ ਨੇਕ ਦਿਲ ਇਨਸਾਨ ਜੀ ਹੈ ਅੱਛਾ ਅੱਛੇ ਲੋਕੋ ਸੇ ਮੈਂ ਜਹਾ ਜਾ ਰਹੀ ਹਾਂ ਅੱਛਾ ਅੱਛੇ ਲੋਕੋ ਸੇ ਮਿਲ ਰਹੀ ਹਾਂ ਬਿਲਕੁਲ ਤਾਂ ਮੇਰਾ ਸਫਰ ਇਹ ਜੋ ਬਹੁਤ ਹੀ ਪੋਜ਼ਿਟਿਵ ਰਹਾ ਬਹੁਤ ਅੱਛਾ ਲੱਗਾ ਮੈਨੂੰ ਇਹ ਇੱਕ ਯਾਦਾਂ ਹੈ ਮੇਰੇ ਲਈ। ਔਰ ਮੈਂ ਇਤਨੀ ਜਲਦੀ ਜਾਣ ਵਾਲੀ ਨਹੀਂ ਪੰਜਾਬ سے۔ ਮੈਨੇ ਬਹੁਤ ਕੰਮ ਕਰਨਾ ਹੈ। ਮੈਨੇ છોડنے ਵਾਲੀ ਨਹੀਂ ਹਾਂ। ਕਿਦਰ ਵहां से निकली यहां बरसी। ਹਾਂ। ਤਾਂ ਇਹ बरसती रहੂੰਗੀ ਮੈਂ। ਯਾਨੀ ਬਾਲੀਵੁੱਡ ਤੋਂ ਬਾਲੀਵੁੱਡ ਤਾਂ ਹੈਗਾ ਹੀ ਹੈ। ਹਾਂਜੀ ਹਾਂ। ਪੰਜਾਬ ਵਾਲ ਨੂੰ ਮੂੰਹ ਹੋ ਗਿਆ। ਐਗਜ਼ੈਕਟਲੀ। ਹੁਣ ਕਾਫੀ ਟਾਈਮ ਇਧਰ ਹੀ ਮੂੰਹ ਰਹੇਗਾ ਇਹਨਾਂ ਦਾ। ਸਾਊਥ ਵੀ ਇਹਨਾਂ ਨੇ ਕਵਰ ਕਰ ਲਈ। ਪੰਜਾਬ ਰਹਿ ਗਿਆ ਸੀ ਆਪਣਾ ਇਕੱਲੇ। ਤਾਂ ਉਧਰ ਵੀ ਆ ਰਹੇ ਹੈਗੇ ਨੇ। ਤੇ ਉੜੀਕਾ ਨੇ ਤੇ ਭਾਜੀ ਜਾਂਦੇ ਜਾਂਦੇ ਜਿਹੜੇ ਹੁਣ ਤੁਹਾਡੇ ਫੈਨਸ ਬਣ ਚੁੱਕੇ ਨੇ ਤੁਹਾਡਾ ਗਾਣਾ ਸੁਣਨ ਤੋਂ ਬਾਅਦ ਨਵੇਂ ਫੈਨਸ ਹੈਗੇ ਨੇ। ਉਹਨਾਂ ਨੂੰ ਕੀ ਕਹਿਣਾ ਚ ਉਹਨਾਂ ਨੂੰ ਮੈਂ ਹੀ ਕਹਿਣਾ ਚਾਹੂੰਗਾ ਜੀ ਮੈਂ ਆਗਾਜ਼ ਕੀਤਾ ਹੈ ਇਹ ਮਤਲਬ ਮੇਰਾ ਆਗਾਜ਼ ਸੀ ਪਹਿਲੀ ਵਾਰੀ ਔਰ ਜੋ ਵੀ ਕੁਝ ਕਹਾਂਗਾ ਕਰੂੰਗਾ ਮੈਂ ਇਹ ਮੈਂ ਆਗਾਜ਼ ਕੀਤਾ ਹੈ ਜੀ ਔਰ ਅੱਗੇ ਵੀ ਜੋ ਮੈਂ ਗਾਉਂਦਾ ਰਹੂੰਗਾ ਉਹਨੂੰ ਪਿਆਰ ਦੇਣ ਤੁਹਾਡੀ ਬਹੁਤ ਮਿਹਰਬਾਨੀ ਕੀ ਬਾਤ ਹੈ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਦੋਨਾਂ ਗੱਲਾਂ ਬਾਤਾਂ ਇੱਥੇ ਕਰਕੇ ਆਲ ਦਾ ਵੈਰੀ ਬੈਸਟ ਫਿਊਚਰ ਲਈ ਤੇ ਤੁਹਾਡਾ ਆਗਾਜ਼ ਪੰਜਾਬੀ ਇੰਡਸਟਰੀ ਵਿੱਚ ਹੋਇਆ ਇੱਕ ਵਾਰ ਫਿਰ ਤੋਂ ਮੁਬਾਰਕਾਂ ਖੁਸ਼ਕਿਸਮਤੀ ਸਾਰਿਆਂ ਦੀ ਥੈਂਕ ਯੂ ਸੋ ਮੱਚ ਫਾਰ ਬੀਇੰਗ ਹੇਅਰ ਸੱਚਾਈ ਦੋਸਤੋ ਐਸੀ ਕੀ ਮੁਲਾਕਾਤ ਉਬਰਦੇ ਸਿਤਾਰੇ ਪੇ ਜੀ ਸ਼ਾਕੋਟੀ ਤੇ ਬਾਲੀਵੁੱਡ ਦੀ ਸਟਾਰ ਆਈਟਮ ਗਰਲ ਰਾਖੀ ਸਾਵਨ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਹੋਰ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਾਏਗਾ ਜੀ ਤੁਹਾਡਾ ਆਪਣਾ ਗੁਰਜੀਤ ਸਿੰਘ ਤਦ ਤੱਕ ਲਈ ਦਿਓ ਇਜਾਜ਼ਤ ਤੇ ਤੁਸੀਂ ਰੱਖਿਓ ਜੀ ਆਪਣਾ ਖਿਆਲ ਸਤਿ ਸ੍ਰੀ ਅਕਾਲ